हेलो स्टूडेंट्स गुड मॉर्निंग टू ऑल ऑफ यू टुडे आई विल डिस्कस विद यू आर प्रॉब्लम्स ठीक है एक्सरसाइज टू पॉइंट वन टू टू पॉइंट थ्री ठीक है स्टूडेंट्स ने uh, एक स्टूडेंट्स की प्रॉब्लम सभी कि सैकेंड पार्ट जरा समझ नहीं लगा वो दोबारा समझा दो ठीक है ये देख लो एक बार दोबारा ये कुछ औखा नहीं है देखो फोर ओवर वन डिवाइड बाय एट ਓਵਰ 3 ਹੈ ਠੀਕ ਹੈ ਦੋਨਾਂ ਨੂੰ ਕੀ ਕਰਨਾ ਆਪਸ ਦੇ ਵਿੱਚ ਡਿਵਾਈਡ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਜੋ ਆਪਣੇ ਕੋਲ ਫਰਸਟ ਵੈਲਿਊ ਆ ਦੇਖੋ ਬੱਚੇ ਉਹਨੂੰ ਐਜ਼ ਇਟ ਇਜ਼ ਲਿਖ ਦੇਣਾ 4 ਓਵਰ 1 ਨੂੰ ਐਜ਼ ਇਟ ਇਜ਼ ਲਿਖ ਦਿੱਤਾ ਕਲੀਅਰ ਜੋ ਡਿਵਾਈਡ ਦਾ ਨਿਸ਼ਾਨ ਹੈ ਉਹਨੂੰ ਆਪਾਂ ਮਲਟੀਪਲਾਈ ਚ ਕਨਵਰਟ ਕਰਤਾ ਡਿਵਾਈਡ ਦੇ ਨਿਸ਼ਾਨ ਨੂੰ ਆਪਾਂ ਮਲਟੀਪਲਾਈ ਚ ਕਨਵਰਟ ਕਰਤਾ ਕਲੀਅਰ ਥੈਨ ਜੋ ਪਿਛਲੀ ਵਾਲੀ ਵੈਲਿਊ ਆ ਉਹਨੇ ਵੈਲਿਊ ਨੇ ਕੀ ਹੋ ਜਾਣਾ ਆਲਟਰ ਜਾਣਾ ਠੀਕ ਹੈ ਉਹਦਾ ਮਤਲਬ ਰੈਸੀਪਰੋਕਲ ਹੋ ਜਾਣਾ 3 8 ਓਵਰ 3 ਸੀ ਉਹਨੇ ਕੀ ਹੋ ਜਾਣਾ 3 ਓਵਰ 8 ਹੋ ਜਾਣਾ ਠੀਕ ਹੈ ਠੀਕ ਹੈ 8/3 ਨੇ ਕੀ ਹੋ ਜਾਣਾ 3/8 ਹੋ ਜਾਣਾ ਉਸ ਤੋਂ ਬਾਅਦ ਕਾਫੀ ਇੱਕ ਬੱਚੇ ਦਾ ਮੈਨੂੰ ਆਇਆ ਸੀ ਰਿਸਪਾਂਸ ਕਿ ਉਹਨਾਂ ਨੂੰ ਕਟਿੰਗ ਦੇ ਵਿੱਚ ਪ੍ਰੋਬਲਮ ਹੈ ਦੇਖੋ ਜੇ ਤੁਹਾਨੂੰ ਕਟਿੰਗ ਨਹੀਂ ਕਰਨੀ ਆਉਂਦੀ ਹੈਗੀ ਬੱਚਿਓ ਤੁਸੀਂ ਡਾਇਰੈਕਟ 4 ਨੂੰ 3 ਨਾਲ ਮਲਟੀਪਲਾਈ ਔਰ 1 ਨੂੰ 8 ਨਾਲ ਮਲਟੀਪਲਾਈ ਕਰ ਦਿਓ ਜਿੱਦਾਂ ਮਤਲਬ ਦੇਖੋ 4 ਨੂੰ 3 ਨਾਲ ਕਰੂਗੇ 12 ਆ ਜਾਏਗਾ ਠੀਕ ਹੈ 4 ਨੂੰ 3 ਨਾਲ ਕਰਾਂਗੇ 12 ਆ ਜਾਊਗਾ ਠੀਕ ਹੈ ਤੇ 1 ਨੂੰ 8 ਨਾਲ ਕਰਾਂਗੇ ਕਿੰਨਾ ਆ ਜਾਊਗਾ 8 ਆ ਜਾਊਗਾ ਉਸ ਤੋਂ ਬਾਅਦ ਤੁਸੀਂ 12/8 ਨੂੰ ਵੀ ਤੁਸੀਂ ਮਤਲਬ ਕੀ ਕਟਿੰਗ ਕਰ ਸਕਦੇ ਆ ਜੇ ਤੁਹਾਨੂੰ ਐਦਾ ਕਟਿੰਗ ਕਰਨ ਚ ਪ੍ਰੋਬਲਮ ਆ ਰਹੀ ਦੇਖੋ 12 ওভার 8 ਜਿਹੜਾ ਹੈ ਉਹ ਸੇਮ ਟੇਬਲ ਦੇਖੋ ਕਿ ਸੇਮ ਟੇਬਲ ਕਿਹੜੇ ਚ ਆਉਂਦਾ ਜਿਹਦਾ 2 ਦੇ ਟੇਬਲ ਚ 12 ਵੀ ਆਉਂਦਾ 8 ਵੀ ਆਉਂਦਾ 2 12 ਕਿੰਨੇ ਤੇ ਆਉਂਦਾ 6 ਤੇ ਆਉਂਦਾ ਐਂਡ 8 ਕਿੰਨੇ ਤੇ ਆਉਂਦਾ 4 ਤੇ ਆਉਂਦਾ ਠੀਕ ਹੈ 2 4 8 2 6 12 ਇਸੇ ਤਰ੍ਹਾਂ 6 ਤੇ 4 ਇਹ ਵੀ 2 ਦੇ ਟੇਬਲ ਚ ਆਉਂਦਾ 6 ਕਿਤੇ ਤੇ ਆਉਂਦਾ 3 ਤੇ ਐਂਡ 4 ਕਿਤੇ ਤੇ ਆਉਂਦਾ 2 ਤੇ 3 ওভার 2 ਇਸ ਤਰ੍ਹਾਂ ਵੀ ਸਾਡਾ ਆਨਸਰ ਸਹੀ ਆ ਜਣਾ ਤੇ ਇਸ ਤਰ੍ਹਾਂ ਵੀ ਠੀਕ ਹੈ ਹੁਣ ਦੇਖੋ ਇਸ ਤਰ੍ਹਾਂ ਜਿਹੜਾ ਮੈਂ ਕੀਤਾ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤਾ ਸੀ ਕਿ ਜਿਹੜੀਆਂ ਉੱਪਰ ਵਾਲੀਆਂ ਵੈਲਿਊਜ਼ ਹੁੰਦੀਆਂ ਨੀਨੋਮੀਨੇਟਰ ਨੂੰ ਆਪਾਂ ਡਿਨੋਮੀਨੇਟਰ ਨਾਲ ਕਟਿੰਗ ਕਰ ਸਕਦੇ ਹਾਂ ਡਿਨੋਮੀਨੇਟਰ ਜਿਹੜਾ ਆ ਉੱਪਰ ਵਾਲੀ ਵੈਲਿਊਜ਼ ਨੂੰ ਉੱਪਰ ਵਾਲੀ ਵੈਲਿਊ ਨਾਲ ਕਦੀ ਨਹੀਂ ਕੱਟ ਸਕਦੇ ਨੀਚੇ ਵਾਲੀ ਵੈਲਿਊ ਨੂੰ ਨੀਚੇ ਵਾਲੀ ਵੈਲਿਊ ਨਾਲ ਕਦੀ ਨਹੀਂ ਕੱਟ ਸਕਦੇ ਉੱਪਰ ਵਾਲੀ ਵੈਲਿਊ ਨੂੰ ਨੀਚੇ ਵਾਲੀ ਵੈਲਿਊ ਨਾਲ ਕੱਟ ਸਕਦੇ ਹਾਂ ਜਾਂ ਫਿਰ ਨੀਚੇ ਵਾਲੀ ਵੈਲਿਊ ਨੂੰ ਉੱਪਰ ਵਾਲੀ ਵੈਲਿਊ ਨਾਲ ਕੱਟ ਸਕਦੇ ਹਾਂ ਜੇਕਰ ਉਹ ਟੇਬਲ ਦੇ ਵਿੱਚ ਆਉਂਦੀ ਹੈ ਦੇਖੋ ਜਿਸ ਤਰ੍ਹਾਂ 4 ਦੇ ਟੇਬਲ ਦੇ ਵਿੱਚ 8 ਆਉਂਦਾ ਸੀਗਾ ਤਾਂ ਕਰਕੇ 4 2 2 ਤੇ ਕੱਢ ਦਿੱਤਾ 3 ਦੇ ਟੇਬਲ ਦੇ ਵਿੱਚ 1 ਦਾ ਕੋਈ ਚੱਕਰ ਨਹੀਂ ਹੈਗਾ 3 오ਵਰ 2 ਇਸ ਤਰ੍ਹਾਂ ਆਨਸਰ ਆ ਗਿਆ ਜਿਸ ਤਰ੍ਹਾਂ ਦੇਖੋ ਸੈਕਿੰਡ ਸਮ ਤੁਹਾਨੂੰ ਜ਼ਿਆਦਾ ਕਲੀਅਰ ਕਲੀਅਰ ਹੋ ਜਾਊਗਾ 6 ਸੀਗਾ 6 ਨੂੰ ਪਹਿਲਾਂ ਤਾਂ ਫ੍ਰੈਕਸ਼ਨ ਦੀ ਫਾਰਮ ਚ ਲੈ ਆਂਦਾ 6 오ਵਰ 1 ਐਜ਼ ਇਟ ਇਜ਼ ਆ ਗਿਆ ਡਿਵਾਈਡ ਨੂੰ ਕੱਚ ਕਨਵਰਟ ਕਰਨਾ ਮਲਟੀਪਲਾਈ ਚ ਕਨਵਰਟ ਕਰ ਲਿਆ ਜਿਹੜਾ 3 오ਵਰ 8 ਸੀਗਾ ਉਹਨੇ ਕੀ ਹੋ ਜਾਣਾ 8 오ਵਰ 3 ਠੀਕ ਹੈ ਹੁਣ ਦੇਖੋ ਕਟਿੰਗ ਦੇ ਵਿੱਚ 3 ਦੇ ਟੇਬਲ ਚ 6 ਆਉਂਦਾ ਸੀਗਾ ਕਿੰਨੇ ਤੇ ਆਉਂਦਾ ਸੀਗਾ 2 ਤੇ ਆਉਂਦਾ ਸੀਗਾ 3 2 6 ਇਸ ਕਰਕੇ ਮੈਂ ਇੱਥੇ 2 ਲਿਖ ਦਿੱਤਾ ਫਿਰ ਕਿ ਮੈਂ ਕੀ ਕੀਤਾ 2 ਨੂੰ 8 ਨਾਲ ਮਲਟੀਪਲਾਈ ਕਰਕੇ 16 ਆ ਗਿਆ ਇੱਥੇ ਕੁਝ ਨਹੀਂ ਬਚਿਆ ਮਿੰਦ 1 1 2 1 1 ਆ ਗਿਆ ਆਨਸਰ ਕੀ ਰਹਿ ਗਿਆ ਆਪਣਾ 16 ਠੀਕ ਹੈ ਜਿਸ ਤਰ੍ਹਾਂ ਇਹ ਸਾਹਮਣੇ ਆ ਨੈਕਸਟ 14 ਹੈ 14 ਓਵਰ 1 ਲਿਖ ਦਿੱਤਾ ਡਿਵਾਈਡ ਨੂੰ ਮਲਟੀਪਲਾਈ ਇਸ ਕਨਵਰਟ ਕਰ ਲਿਆ 5 ਓਵਰ 6 ਕੀ ਆ ਗਿਆ 6 ਓਵਰ 5 ਵਗੈ ਦੇਖੋ ਇਹਦੇ ਵਿੱਚ 14 ਜਿਹੜੇ 5 ਹੈ 5 ਦਾ ਟੇਬਲ ਆ 5 ਦਾ ਟੇਬਲ ਜੇ ਤੁਸੀਂ ਲਿਖ ਪੜੋਗੇ 14 ਉਹਦੇ ਵਿੱਚ ਨਹੀਂ ਆਉਂਦੇ ਪਤਾ ਹੈ ਤੁਹਾਨੂੰ ਨਹੀਂ ਆਉਂਦੇ 5 ਦੇ ਟੇਬਲ ਚ 6 ਵੀ ਨਹੀਂ ਆਉਂਦੇ ਇਸ ਲਈ ਇਹ ਕਟਿੰਗ ਹੋਣੀ ਹੀ ਨਹੀਂ ਹੈਗੀ ਦੇਖੋ ਮੈਂ ਇਹਦੇ ਵਿੱਚ ਕਿੱਦਾਂ ਕੀਤਾ 14 ਨੂੰ 6 ਨਾਲ ਮੈਂ ਆਪਸਟ ਕੀ ਕਰਤਾ ਮਲਟੀਪਲਾਈ ਕਰਤਾ ਤੇ 1 ਨੂੰ 5 ਨਾਲ ਵੀ ਕਰਤਾ ਮਲਟੀਪਲਾਈ ਕਰ ਦਿੱਤਾ ਠੀਕ ਹੈ ਸੋ ਇਹ ਮਲਟੀਪਲਾਈ ਕਰਕੇ ਸੋਲਵ ਹੋ ਸਕਦਾ ਹੈ ਠੀਕ ਹੈ ਹੁਣ ਦੇਖੋ 85 ਜੇ ਔਰ 5 ਜਿਹੜਾ ਸੇਮ ਟੇਬਲ ਚ ਨਹੀਂ ਆਉਂਦਾ ਕਿਉਂਕਿ 5 ਜੇ ਆਪਾਂ ਦੇਖਾਂਗੇ ਤਾਂ 5 ਦੇ ਟੇਬਲ ਦੇ ਵਿੱਚ 84 ਨਹੀਂ ਆ ਰਿਹਾ ਸੋ ਇਹ ਕਟਿੰਗ ਅੱਗੇ ਹੋਣੀ ਨਹੀਂ ਇਸ ਤਰ੍ਹਾਂ ਵੀ ਤੁਸੀਂ ਕਰ ਸਕ ਠੀਕ ਹੈ ਸੋ ਏ ਸੀ ਸਮ ਸਕੈਂਡ ਪਾਰਟ ਜੇ ਫਿਰ ਵੀ ਹੁਣ ਕਿਸੇ ਬੱਚੇ ਨੂੰ ਇਹਦੇ ਵਿੱਚ ਡਾਊਟ ਹੈ ਤਾਂ ਮੈਨੂੰ ਦੱਸ ਦੇਣਾ ਦੇਖੋ ਬਾਕੀ ਤਾਂ ਤੁਹਾਨੂੰ ਹੁਣ ਕੋਈ ਡਾਊਟ ਰਹਿਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਇਹ ਸਮ ਦੇਖੋ 8 ਓਵਰ 1 ਹੈ ਡਿਵਾਈਡ ਨੂੰ ਮਲਟੀਪਲਾਈ ਚ ਕਨਵਰਟ ਕਰਤਾ ਪਿਛਲੀ ਵੈਲੀ ਨੂੰ ਆਪਾਂ ਕੀ ਕਰਦੇ ਹਾਂ ਉਲਟਾ ਦੇ ਦਾਂ ਠੀਕ ਹੈ 3 ਓਵਰ 7 ਆ ਗਿਆ ਜੇ ਤਾਂ ਕਟਿੰਗ ਹੁੰਦੀ ਹੈ ਠੀਕ ਹੈ ਆਦਰਵਾਇਜ਼ ਉੱਪਰ ਵਾਲਿਆਂ ਨੂੰ ਉੱਪਰ ਵਾਲਿਆਂ ਨਾਲ نیچے ਵਾਲਿਆਂ ਨੂੰ نیچے ਵਾਲਿਆਂ ਨਾਲ ਮਲਟੀਪਲਾਈ ਕਰਕੇ ਆਨਸਰ ਕੱਢ ਲਓ ਠੀਕ ਹੈ ਜਿਸ ਤਰ੍ਹਾਂ ਦੇਖੋ ਨੈਕਸਟ ਪਾਰਟ ਵੀ ਆ ਦੇਖੋ 12 ওভার 1 ਆ ਗਿਆ ਡਿਵਾਈਡ ਨੂੰ ਮਲਟੀਪਲਾਈਸ ਕਨਵਰਟ ਕੀਤਾ 4 ওভার 3 ਆ ਗਿਆ 3 ਦੇ ਟੇਬਲ ਚ 12 ਆਉਂਦਾ ਸੀਗਾ ਇਸ ਲਈ ਮੈਂ ਕਟਿੰਗ ਕਰ ਦਿੱਤੀ 4 ਤੇ 4 4 16 ওভার 1 ਕਲੀਅਰ ਇਹ ਸੀਗਾ ਸੈਕੰਡ ਪਾਰਟ ਇੱਕ ਸਮ ਸੀਗਾ ਤੁਹਾਡਾ 2.3 ਐਕਸਰਸਾਈਜ਼ ਦਾ ਸੈਵ ਸੈਵਨ ਸਟੇਟਮੈਂਟ ਇਹ ਨਹੀਂ ਸਮਝ ਲੱਗੀ ਸੀ ਬੱਚਿਆਂ ਨੂੰ ਦਾ ਪ੍ਰੋਡਕਟ ਆਫ ਟੂ ਫ੍ਰੈਕਸ਼ਨਲ ਨੰਬਰ ਇਜ਼ 39 ਕਹਿੰਦੇ ਦੋ ਨੰਬਰ ਆ ਜਿਨ੍ਹਾਂ ਦਾ ਪ੍ਰੋਡਕਟ ਮਤਲਬ ਕਿ ਦੋਨਾਂ ਨੰਬਰਾਂ ਦੀ ਜਿਹੜੀ ਮਲਟੀਪਲਾਈ ਹੋ 39 ਦਿੱਤੀ ਹੋਈ ਹੈ ਇਫ 1 ਆਫ ਦਾ ਦੇਮ ਇਜ਼ 13 1/4 ਜੇਕਰ ਉਹਨਾਂ ਵਿੱਚੋਂ ਕਹਿੰਦਾ ਕਿ ਇੱਕ ਨੰਬਰ 13 1/4 ਆ ਫਾਈਂਡ ਕਰੋ ਅਦਰ ਨੰਬਰ ਸਿੰਪਲ ਆ ਦੇਖੋ ਜੇ ਮੈਂ ਤੁਹਾਨੂੰ ਇੱਕ ਹੋਰ ਤਰੀਕੇ ਨਾਲ ਦੱਸਾਂ ਆਪਣੇ ਕੋਲ ਦੋ ਨੰਬਰ ਆ ਦੋ ਨੰਬਰ ਆ ਜਿੱਦਾਂ x ਆ ਇੱਕ ਇੱਕ ਹੈਗਾ y ਸਪੋਜ਼ ਦੋਨਾਂ ਦਾ ਪ੍ਰੋਡਕਟ ਦੋਨਾਂ ਦਾ ਪ੍ਰੋਡਕਟ ਮੀਨਸ ਮਲਟੀਪਲਾਈ ਹੋ ਗਿਆ ਦੋਨਾਂ ਦਾ ਪ੍ਰੋਡਕਟ ਕਿੰਨਾ ਦਿੱਤਾ ਹੋਇਆ ਉਹਨੇ 39 ਦਿੱਤਾ ਹੋਇਆ ਹੈ 39 ਦਿੱਤਾ ਹੋਇਆ ਕਿਹਾ ਉਹਨੇ ਪ੍ਰੋਡਕਟ 39 ਤੇ ਜੇਕਰ ਉਹਨਾਂ ਵਿੱਚੋਂ ਇੱਕ ਨੰਬਰ ਜਿਹੜਾ ਉਹ 13 ਇੰਟੂ 1/4 ਆ ਮਤਲਬ ਕਿ ਇੱਕ ਨੰਬਰ ਜੇਕਰ 13 ਇੰਟੂ 1/4 ਆ ਦੂਸਰਾ ਨੰਬਰ ਕਹਿੰਦਾ ਪਤਾ ਕਰੋ ਦੂਸਰਾ ਨੰਬਰ ਆਪਾਂ ਕਿੱਦਾਂ ਪਤਾ ਕਰਨਾ ਹੈ ਦੇਖੋ ਆਪਾਂ ਇਹ 13 ਇੰਟੂ 1/4 ਜਿਹੜਾ ਉਧਰਲੇ ਸਾਈਡ ਲੈ ਜਾਵਾਂਗੇ ਦੇਖੋ ਕਿਸ ਤਰ੍ਹਾਂ ਮੈਂ ਕੀਤਾ ਪ੍ਰੋਡਕਟ ਆਫ 2 ਨੰਬਰ ਜਿਹੜਾ ਸੀਗਾ ਉਹ ਕਿੰਨਾ ਦਿੱਤਾ ਹੋਇਆ ਸੀ 39 1 ਨੰਬਰ ਆਪਾਂ ਨੂੰ ਪਤਾ ਹੈ ਕਿੰਨਾ ਦਿੱਤਾ 13 ਟੂ 1 ਓਵਰ 4 ਇਹਨੂੰ ਮੈਂ ਸਿੰਪਲ ਫ੍ਰੈਕਸ਼ਨ ਚ ਕਨਵਰਟ ਕਰ ਲਿਆ ਉਸ ਤੋਂ ਬਾਅਦ ਮੈਂ ਲੈਟ ਕਰ ਲਿਆ ਕਿ ਅਦਰ ਨੰਬਰ ਜਿਹੜਾ ਉਹ ਐਕਸ ਆ ਇਹ ਮੈਂ ਜਸਟ ਤੁਹਾਨੂੰ ਸਮਝਾਉਣ ਲਈ ਦੱਸਿਆ ਠੀਕ ਹੈ ਅਦਰ ਨੰਬਰ ਮੈਂ ਐਕਸ ਲੈ ਲਿਆ ਦੋਨਾਂ ਦਾ ਪ੍ਰੋਡਕਟ ਕਰ ਦਿੱਤਾ ਇੱਕ ਤਾਂ ਐਕਸ ਜਿਹੜਾ ਮੈਂ ਲੈਟ ਕੀਤਾ ਦੂਸਰਾ ਜਿਹੜਾ ਨੰਬਰ ਮੈਨੂੰ 기ਵਨ ਸੀਗਾ 53 ਓਵਰ 4 ਉਹਨਾਂ ਦਾ ਪ੍ਰੋਡਕਟ ਕਿਹਦੇ ਬਰਾਬਰ ਆ 39 ਦੇ ਠੀਕ ਹੈ ਐਕਸ ਐਸ ਇਟ ਇਜ਼ ਇੱਧਰ ਹੀ ਰਹਿ ਗਿਆ 39 ਐਜ਼ ਇਟ ਇਜ਼ ਆ ਗਿਆ 54 ਓਵਰ 3 ਨੂੰ ਜਦੋਂ 53 ਓਵਰ 4 ਨੂੰ ਜਦੋਂ ਮੈਂ ਉਧਰਲੀ ਸਾਈਡ ਲੈ ਕੇ ਜਾਵਾਂਗੀ ਇਹ ਵੈਲਿਊ ਨੇ ਕੀ ਹੋ ਜਾਣਾ ਔਲਟ ਜਾਣਾ ਠੀਕ ਹੈ ਠੀਕ ਹੈ 4 ਓਵਰ 53 ਆ ਗਿਆ ਹੁਣ ਦੇਖੋ ਇਹਦੇ ਓਵਰ 1 ਲਗਾ ਲਓ ਫ੍ਰੈਕਸ਼ਨ ਦੀ ਫਾਰਮ ਚ ਲਿਆਓ ਕਟਿੰਗ ਹੁੰਦੀ ਹੈ ਠੀਕ ਹੈ ਨਹੀਂ ਹੁੰਦੀ ਇਹ ਕਟਿੰਗ ਕਿਉਂਕਿ 53 39 ਦੇ ਟੇਬਲ 'ਚ ਨਹੀਂ ਆਉਂਦਾ 53 ਫਿਰ ਮੈਂ ਕੀ ਕੀਤਾ 39 ਨੂੰ 4 ਨਾਲ ਮਲਟੀਪਲਾਈ ਕਰਤਾ 156 ਆ ਗਿਆ 1 ਨੂੰ 3 ਨਾਲ ਮਲਟੀਪਲਾਈ ਕੀਤਾ 53 ਆ ਗਿਆ ਫਿਰ ਇਸ ਨੂੰ ਡਿਵਾਈਡ ਕਰ ਦਿੱਤਾ ਮਤਲਬ ਕਿ ਮਿਕਸਡ ਫ੍ਰੈਕਸ਼ਨ ਚ ਲਿਖਤਾ ਜੇ ਨਹੀਂ ਵੀ ਮਿਕਸਡ ਫ੍ਰੈਕਸ਼ਨ ਚ ਲਿਖਣਾ ਇੱਥੇ ਤੱਕ ਵੀ ਆਨਸਰ ਕਰ ਦੋਗੇ ਠੀਕ ਆ ਕਲੀਅਰ ਹੋਇਆ ਹੁਣੇ ਸਭ ਠੀਕ ਹੈ ਦੱਸ ਦੇਣਾ ਬਾਕੀ ਜੇ ਤੁਹਾਨੂੰ ਫੇਰ ਵੀ ਸਮਝ ਨਹੀਂ ਲੱਗੀ ਬਾਕੀ ਇਸ ਤੋਂ ਤੁਹਾਡਾ ਜਿਹੜਾ ਸਮ ਸੀ ਆਈ ਥਿੰਕ ਮੈਂ ਤੁਹਾਨੂੰ 8th ਸਮ ਹੋਮਵਰਕ ਵਾਸਤੇ ਦਿੱਤਾ ਸੀ ਨਹੀਂ ਨਹੀਂ ਸੌਰੀ 9th ਸਮ ਸੀਗਾ ਤੁਹਾਡਾ ਐਕਸਰਸਾਈਜ਼ ਮੇਬੀ 2.2 ਐਕਸਰਸਾਈਜ਼ ਦਾ 9th ਸਮ ਇਹ ਸਮ ਤੁਹਾਨੂੰ ਮੈਂ ਦਿੱਤਾ ਸੀ ਹੋਮਵਰਕ ਵਾਸਤੇ ਤੇ ਇਹ ਤੁਸੀਂ ਚੈੱਕ ਕਰ ਲੈਣਾ ਠੀਕ ਹੈ ਇਹਦੇ ਵਿੱਚ ਕੀ ਸੀਗਾ ਮਿਸਟਰ रावत ਜਿਹੜਾ ਸੀਗਾ ਉਹ ਇੰਨੇ ਵੀ ਇੰਨੀ ਮਤਲਬ ਸੈਲਰੀ ਲੈਂਦਾ ਇੰਨਾ ਕਮਾਉਂਦਾ ਆ ਠੀਕ ਹੈ ਤੇ ਆਪਣੀ ਸੈਲਰੀ ਦਾ ਉਹ 9/10 ਸਪੈਂਡ ਕਰ ਦਿੰਦਾ ਜਿਸ ਤਰ੍ਹਾਂ ਕੋਈ ਵੀ ਬੰਦਾ ਉਹ ਆਪਣੀ ਸੈਲਰੀ ਇੰਨੇ ਪੈਸੇ ਉਹ ਕਮਾਉਂਦਾ ਹੈ ਉਹਦੇ ਵਿੱਚੋਂ ਇੰਨੇ ਪੈਸੇ ਉਹ ਮਤਲਬ ਖਰਚ ਕਰ ਦਿੰਦਾ ਹੈ ਖਰਚ ਕਿੰਨੇ ਕੀਤੇ ਦੇਖੋ ਉਹਨੇ ਆਪਾਂ ਨੂੰ ਫ੍ਰੈਕਸ਼ਨ ਦੀ ਫਾਰਮ ਚ ਦਿੱਤੇ ਹੋਏ ਆ ਕਿ 9/10 ਉਹ ਖਰਚ ਕਰਦਾ ਹੈ ਆਪਾਂ ਨੂੰ ਇਹ ਨਹੀਂ ਪਤਾ ਕਿੰਨੇ ਪੈਸੇ ਖਰਚ ਕਰਦਾ ਆਪਾਂ ਕੀ ਕਰਨਾ ਜਿੰਨੀ ਸੈਲਰੀ ਉਹਨਾਂ ਨੂੰ ਮਲਟੀਪਲਾਈ ਕਰਕੇ ਉਹਨੇ ਪੈਸੇ ਕੱਢ ਲੈਣੇ ਜਣੀ ਇੰਨੇ ਪੈਸੇ ਉਹ ਖਰਚ ਕਰ ਉਹਦੇ ਕੋਲ ਬਾਕੀ ਪੈਸੇ ਕਿੰਨੇ ਬਚੇ ਉਹ ਹੀ ਪਤਾ ਕਰਨਾ ਸੀ ਟੋਟਲ ਸੈਲਰੀ ਇੰਨੀ ਸੀ ਉਹਦੇ ਜਿਹਨੂੰ ਮਾਈਨਸ ਕਰ ਦਿੱਤਾ ਆਨਸਰ ਆ ਜਾਣਾ ਠੀਕ ਹੈ ਇਹ 9th ਸਮਸੇ ਇਹ ਤੁਸੀਂ ਕਰ ਲੈਣਾ ਉਤਾਰ ਲੈਣਾ ਆ ਔਰ ਸਟੂਡੈਂਟਸ ਤੁਹਾਨੂੰ ਮੈਂ ਅੱਜ ਟੈਸਟ ਦੇਣਾ ਇੱਕ ਠੀਕ ਹੈ ਉਹ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਮੈਂ ਇੱਕ ਪੇਪਰ ਤੁਹਾਨੂੰ ਸੈਂਡ ਕਰ ਦੇਣਾ ਠੀਕ ਹੈ ਤੁਸੀਂ ਉਸ ਪੇਪਰ ਨੂੰ ਸੋਲਵ ਕਰ ਲੈਣਾ ਸੋਲਵ ਕਰਕੇ ਆਪਣੀ ਕਾਪੀ ਦੇ ਉੱਪਰ ਹੀ ਰੱਖਣਾ ਕਿਸੇ ਵੀ ਬੱਚੇ ਨੇ ਮੈਨੂੰ ਸੈਂਡ ਨਹੀਂ ਕਰਨਾ ਹੈਗਾ ਆਪਣੀ ਪੂਰੀ ਔਨੈਸਟੀ ਦੇ ਨਾਲ ਉਸ ਨੂੰ ਪੇਪਰ ਨੂੰ ਕਰਨਾ ਹੈ ਆ ਜੋ ਵੀ ਮੈਂ ਤੁਹਾਨੂੰ ਟੈਸਟ ਦਵਾਂਗੀ ਠੀਕ ਹੈ ਜਿੰਨੇ ਦੇਖੋ ਪੂਰੀ ਓਨੈਸਟੀ ਦੇ ਨਾਲ ਉਸ ਨੂੰ ਕਰਕੇ ਅਟੈਂਪਟ ਜਦੋਂ ਮੈਂ ਤੁਹਾਨੂੰ ਰਿਜ਼ਲਟ ਪ੍ਰੋਵਾਈਡ ਕਰੂੰਗੀ ਮੈਂ ਸਾਰਿਆਂ ਨੂੰ ਉਹਦੇ ਫਿਰ ਦੂਸਰੇ ਦਿਨ ਆਨਸਰ ਦੱਸ ਦੇਵਾਂਗੀ ਸੋ ਸਾਰੇ ਬੱਚਿਆਂ ਨੇ ਆਪਣੇ ਆਨਸਰ ਮੈਚ ਕਰ ਲੈਣੇ ਆ ਉਸ ਟੈਸਟ ਦੇ ਨਾਲ ਮੈਚ ਕਰਨ ਤੋਂ ਬਾਅਦ ਮੈਨੂੰ ਦੱਸਣਾ ਹੈ ਕਮੈਂਟ ਦੇ ਵਿੱਚ ਕਿ ਕਿੰਨੇ ਸਾਡੇ ਸਭ ਸਹੀ ਗਏ ਠੀਕ ਹੈ ਸੋ ਠੀਕ ਹੈ ਇਸੇ ਤਰ੍ਹਾਂ ਦੇਖੋ 3.1 ਐਕਸਰਸਾਈਜ਼ ਅੱਜ ਆਪਾਂ ਇਹ ਵੀ ਡਿਸਕਸ ਕਰ ਲੈਣੇ ਆ write the place value of 3 in the following decimal numbers देखो प्लेस वैल्यू ਦੱਸਣੀ ਆ 3 ਦੀ ਫੋਲੋਇੰਗ ਨੰਬਰ ਦੇ ਵਿੱਚ ਡੈਸੀਮਲ ਨੰਬਰ ਦੇ ਵਿੱਚ ਤੁਹਾਨੂੰ ਇੰਨਾ ਪਤਾ ਹੈ ਕਿ ਜਦੋਂ ਆਪਾਂ ਪਲੇਸ ਵੈਲਿਊ ਦੇਖਦੇ ਆ ਜੀ ਸਿੰਪਲ ਦੇ ਵਿੱਚ ਜਿੱਦਾ ਫੋਰ ਐਗਜ਼ਾਮਪਲ 42 42 7 ਹੈ ਇਹਦੇ ਵਿੱਚੋਂ ਪਲੇਸ ਵੈਲਿਊ ਕੱਢਣੀ ਹੋਵੇ ਜਿੱਦਾਂ 2 ਦੀ ਪਲੇਸ ਵੈਲਿਊ ਕੱਢਣੀ ਹੋਵੇ ਆਪਾਂ 2 ਦੀ ਪਲੇਸ ਵੈਲਿਊ ਕਿੱਦਾਂ ਕੱਢਦੇ ਹੁੰਦੇ ਆ 2 ਲਿਖਦੇ ਨੇ ਹੁੰਦੇ ਆ ਪਿੱਛੇ ਜਿੰਨੇ ਡਿਜੀਟ ਆ ਉਹਦੀ ਜ਼ੀਰੋ ਬਣਾ ਦੇ ਦਈਏ ਇੱਕ ਡਿਜੀਟ ਐਟ ਮੀਨਸ ਜ਼ੀਰੋ ਬਣ ਗਿਆ ਜਦੋਂ ਡੈਸੀਮਲ ਹੋਵੇ ਉਸ 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 ਟਾਈਮ ਤੇ ਕਿੱਦਾਂ ਕਰਨਾ ਦੇਖੋ ਆਪਾਂ 3 ਦੀ ਦੇਖਣੀ ਹੈ ਪਲੇਸ ਵੈਲਿਊ 3 ਦੀ ਦੇਖੋ 3 ਤਾਂ ਆਪਣੇ ਕੋਲ ਇੱਥੇ ਆ ਠੀਕ ਹੈ 3 ਆਪਾਂ ਐਜ਼ ਇਟ ਇਜ਼ ਲੈ ਲੈਣਾ ਪਿੱਛੇ ਕਿੰਨੇ ਡਿਜੀਟ ਆ ਦੇਖੋ 2 ਆ ਡੈਸੀਮਲ ਹੈ 5 6 ਹੈ 2 ਦੀ ਥਾਂ ਤੇ ਆਪਾਂ ਜ਼ੀਰੋ ਲਿਖ ਦਿੱਤਾ ਡੈਸੀਮਲ ਥਾਂ ਦੀ ਤਾਂ ਡੈਸੀਮਲ ਪਿੱਛੇ ਜ਼ੀਰੋ ਜ਼ੀਰੋ ਠੀਕ ਹੈ ਸਮਝ ਲੱਗ ਗਈ ਹੁਣ ਦੇਖੋ ਮੈਨੂੰ ਦੱਸ ਦੇਣਾ ਹੈ ਕਿ ਸਮਝ ਲੱਗੀ ਕਿ ਨਹੀਂ ਲੱਗੀ ਠੀਕ ਹੈ ਹੁਣ ਦੇਖੋ ਨੈਕਸਟ ਸਮ ਦੇਖੋ ਜਿਸ ਤਰ੍ਹਾਂ 23.87 ਹੈ ਇਹਦੇ ਵਿੱਚੋਂ ਆਪਾਂ 3 ਦੀ ਪਲੇਸ ਵੈਲਿਊ ਦੇਖਣੀ ਹੈ ਆਪਾਂ 3 ਨੂੰ ਤਾਂ ਐਜ਼ ਇਟ ਇਜ਼ ਲਿਖ ਲਿਆ ਫਿਰ ਕੀ ਲਿਖਣਾ ਪੁਆਇੰਟ 0 0 ਐਸੀ ਤਰ੍ਹਾਂ ਹੀ ਕਰਦੇ ਹੁੰਨੇ ਆ ਜਿਸ ਤਰ੍ਹਾਂ ਇਹਦੇ ਵਿੱਚ 3 ਦੀ ਪਲੇਸ ਵੈਲਿਊ ਦੇਖਣੀ ਹੈ 3 ਐਜ਼ ਇਟ ਇਜ਼ ਆ ਗਿਆ ਅੱਗੇ ਕਿਸੀ ਪੁਆਇੰਟ ਕਿੰਨੀਆਂ ਜ਼ੀਰੋਆਂ 2 ਜ਼ੀਰੋਆਂ ਜਿੱਦਾਂ ਮਤਲਬ ਕਿ ਜਿਹਦੀ ਪਲੇਸ ਵੈਲਿਊ ਦੇਖਣੀ ਹੁੰਦੀ ਆਪਾਂ ਉਹਨੂੰ ਐਜ਼ ਇਟ ਇਜ਼ ਲਿਖ ਲੈਣੇ ਆ ਬਾਕੀ ਜਿੰਨੇ ਡਿਜੀਟ ਬਚੇ ਉਹਨਾਂ ਨੂੰ ਜ਼ੀਰੋ ਕਰ ਦੇਣਾ ਹੁੰਦਾ ਠੀਕ ਹੈ ਫੋਰਥ ਸਮ ਤੁਸੀਂ ਖੁਦ ਕਰ ਲੈਣਾ ਸੈਕੰਡ ਪਾਰਟ ਦੇਖੋ ਐਕਸਪ੍ਰੈਸ 8 ਸੈਂਟੀਮੀਟਰ ਇਨ ਮੀਟਰਸ ਐਂਡ ਕਿਲੋਮੀਟਰਸ 8 ਸੈਂਟੀਮੀਟਰ ਨੂੰ ਮੀਟਰਾਂ ਚ ਕਨਵਰਟ ਕਰਨਾ ਐਂਡ ਕਿਲੋਮੀਟਰਾਂ ਚ ਕਨਵਰਟ ਕਰਨਾ ਆਪਾਂ ਨੂੰ ਪਤਾ ਹੈ ਕਿ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ 1 ਮੀਟਰ ਇਸ ਇਕੁਅਲ ਟੂ 100 ਸੈਂਟੀਮੀਟਰ ਜੇਕਰ 1 ਮੀਟਰ 100 ਸੈਂਟੀਮੀਟਰ ਦੇ ਬਰਾਬਰ ਹੁੰਦਾ ਤਾਂ 1 ਸੈਂਟੀਮੀਟਰ ਕਿਹਦੇ ਬਰਾਬਰ ਹੁੰਦਾ 1/100 ਮੀਟਰ ਦੇ ਠੀਕ ਹੈ ਇਹ ਤੁਹਾਨੂੰ ਪ੍ਰੀਵੀਅਸ ਕਲਾਸਿਸ ਵਿੱਚ ਵੀ ਕਰਵਾਇਆ ਹੋਇਆ ਹੈ 1 ਸੈਂਟੀਮੀਟਰ ਕਿਹਦੇ ਬਰਾਬਰ ਹੁੰਦਾ 100 100 1/100 ਮੀਟਰ ਦੇ ਦੇਖੋ 8 ਸੈਂਟੀਮੀਟਰ ਜੇਕਰ ਇੱਥੇ 1 ਸੈਂਟੀਮੀਟਰ 1/100 ਮੀਟਰ ਦੇ ਬਰਾਬਰ ਹੈ 8 ਸੈਂਟੀਮੀਟਰ ਕਿੰਨੇ ਦੇ ਬਰਾਬਰ ਹੋਊਗਾ 8/100 ਦੇ ਬਰਾਬਰ ਹੀ ਹੋਊਗਾ ਠੀਕ ਹੈ 8/100 ਮੀਟਰ ਦੇ ਬਰਾਬਰ ਹੀ ਹੋਊਗਾ ਇਹਨੂੰ ਡਿਵਾਈਡ ਕਰ ਦੋ ਡਿਵਾਈਡ ਤੁਹਾਨੂੰ ਪਤਾ ਕਿੰਨਾ ਆ ਜਾਏਗਾ ਇਹ 1 2 ਮਤਲਬ ਕੀ 0.08 ਮੀਟਰ ਡਿਵਾਈਡ ਤੁਸੀਂ ਕਰ ਲੈਣਾ ਖੁਦ ਵੈਸੇ ਜੇ ਤੁਸੀਂ ਇਹਨੂੰ ਹੋਰ ਮੈਥ ਟ੍ਰਿਕ ਦੇ ਨਾਲ ਕੇ ਦੇਖੋ ਕਰਨਾ ਚਾਹੁੰਦੇ ਹੋ ਦੇਖੋ ਪਹਿਲਾਂ ਤੁਸੀਂ 8 ਉਤਾਰ ਲੈਣਾ ਕਿੰਨੇ ਛੱਡ ਕੇ ਪੁਆਇੰਟ ਲੱਗਣਾ 2 ਛੱਡ ਕੇ ਪੁਆਇੰਟ ਇੱਕ ਦੋ ਡਿਜੀਟ ਠੀਕ ਹੈ ਹੁਣ ਇਹ ਆ ਗਿਆ ਮੀਟਰ ਚ ਹੁਣ ਕੀ ਕਨਵਰਟ ਕਰਨਾ ਕਿਲੋਮੀਟਰ ਚ ਸਾਨੂੰ ਪਤਾ ਹੈ ਇਹ 8 ਸੈਂਟੀਮੀਟਰ ਨੂੰ ਕਿੱਚ ਕਨਵਰਟ ਕਰਨਾ ਕਿਲੋਮੀਟਰ ਦੇ ਵਿੱਚ ਸੈਂਟੀਮੀਟਰ ਨੂੰ ਕਿੱਚ ਕਰਨਾ ਕਿਲੋਮੀਟਰ ਦੇ ਵਿੱਚ 1 ਕਿਲੋਮੀਟਰ ਚ 1000 ਮੀਟਰ ਹੁੰਦੇ ਆ 1 ਕਿਲੋਮੀਟਰ ਚ ਕਿੰਨੇ ਹੁੰਦੇ ਆ 1000 ਕਿਲੋਮੀਟਰ ਸੌਰੀ 1000 ਮੀਟਰ ਹੁੰਦੇ ਆ ਠੀਕ ਹੈ ਆਪਾਂ 8 ਸੈਂਟੀਮੀਟਰ ਨੂੰ ਕਿਲੋਮੀਟਰ ਚ ਕਨਵਰਟ ਕਰਨਾ ਪਹਿਲਾਂ ਆਪਾਂ ਨੂੰ 8 ਸੈਂਟੀਮੀਟਰ ਨੂੰ ਮੀਟਰਾਂ ਚ ਕਨਵਰਟ ਕਰਨਾ ਪੈਣਾ ਦੇਖੋ ਪਹਿਲਾਂ ਤਾਂ 1 ਕਿਲੋਮੀਟਰ ਦੇ ਵਿੱਚ ਜੇਕਰ 1000 ਮੀਟਰ ਹੁੰਦੇ ਦੈਨ 1 ਮੀਟਰ ਚ ਕਿੰਨੇ ਹੋਣਗੇ 1 ਮੀਟਰ ਚ ਕਿੰਨੇ ਹੋਣਗੇ 1 ਵਟਾ 1000 ਕਿਲੋਮੀਟਰ ਹੋਣਗੇ ਪਹਿਲਾਂ ਆਪਾਂ ਨੂੰ ਕੀ ਕਰਨਾ ਪੈਣਾ ਸੈਂਟੀਮੀਟਰਾਂ ਨੂੰ ਕਿਲੋਮੀਟਰ ਚ ਕਨਵਰਟ ਕਰਨਾ ਉਹ ਆਪਾਂ ਅਲਰੇਡੀ ਕਰ ਚੁੱਕੀ ਆ ਠੀਕ ਹੈ ਆਪਾਂ ਨੂੰ ਪਤਾ ਹੈ ਕਿ 8 ਸੈਂਟੀਮੀਟਰ ਕਿਹਦੇ ਬਰਾਬਰ ਹੁੰਦਾ 0.0 ਮੀਟਰ ਦੇ ਵਿੱਚ ਹੁਣ ਆਪਾਂ ਇਹਨਾਂ ਇਸੇ ਹੀ ਵੈਲਿਊ ਨੂੰ ਕਿਲੋਮੀਟਰ ਚ ਕਨਵਰਟ ਕਰ ਸਕਦੇ ਹਾਂ ਦੇਖੋ 0.08 ਮੀਟਰ ਨੂੰ ਆਪਾਂ ਕਿਚ ਕਨਵਰਟ ਕਰਨਾ ਹੈ ਕਿਲੋਮੀਟਰ ਚ ਜੇਕਰ 1 ਮੀਟਰ 1/1000 ਕਿਲੋਮੀਟਰ ਦੇ ਬਰਾਬਰ ਹੈ 0.08 ਮੀਟਰ ਕਿੰਨੇ ਦੇ ਬਰਾਬਰ ਹੋਗਾ 0.08 ਓਵਰ 1000 ਠੀਕ ਹੈ ਹੁਣ ਦੇਖੋ ਇਹਨੂੰ ਕਿੱਦਾਂ ਸੋਲਵ ਕਰਨਾ ਹੈ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਆ ਦੋ ਡਿਜੀਟ ਆ ਇਟ ਮੀਨਸ ਇਹਨੇ ਕਿੰਨਾ ਡਿਵਾਈਡ ਹੋਣਾ 1 2 100 ਦੇ ਨਾਲ ਨਾਲ ਕਿੰਨਾ ਸੀਗਾ 1000 ਦੇਖੋ ਪੁਆਇੰਟ ਆਪਾਂ ਇੱਧੇ ਹਟਾਈਦਾ ਪਿੱਛੇ ਤੁਹਾਨੂੰ ਪਰੀਵਿਅਸ ਕਲਾਸਿਸ ਵੀ ਦੱਸਿਆ ਸੀਗਾ 8 ਆ ਦੇਖੋ 8 ਉੱਪਰ ਰਹਿ ਗਿਆ ਆਪਣੇ ਕੋਲ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਆ ਦੋ ਡਿਜੀਟ ਆ ਇਸ ਲਈ ਇੱਕ ਦੇ ਨਾਲ ਕਿੰਨੀਆਂ ਜ਼ੀਰੋ ਲੱਗਣੀਆਂ ਦੋ ਹੁਣ ਦੇਖੋ ਇਹਨੂੰ ਆਪਾਂ ਡਿਵਾਈਡ ਕਰ ਲੈਣਾ ਦੇਖੋ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ 8 ਓਵਰ ਕਿੰਨੀਆਂ ਜ਼ੀਰੋ ਆ ਜਾਣੀ ਇਹ ਆ ਗਈਆਂ ਆਪਣੇ ਕੋਲ 3 5 5 0 ਆ ਗਈਆਂ 5 0 ਆ ਗਈਆਂ ਹੁਣ ਤੁਸੀਂ ਇਹਨੂੰ ਜਦੋਂ ਸੋਲਵ ਕਰੋਗੇ 0.0005 ਹੈ 4 1 2 3 4 5 1 2 3 4 5 5 ਠੀਕ ਹੈ 5 ਛੱਡ ਕੇ ਪੁਆਇੰਟ ਲੱਗ ਜਾ। ਇਹ ਕੀ ਆ ਗਿਆ ਕਿਲੋ ਮੀਟਰ ਇਹ ਡਿਵਾਈਡ ਹੀ ਕੀਤਾ ਹੈ ਜੇ ਤੁਸੀਂ ਇੱਧੇ ਐਗਜ਼ੈਕਟ ਕਰਨੇ ਐ ਐਗਜ਼ੈਕਟ ਕਰ ਸਕਦੇ ਹੋ। ਸੈਕਿੰਡ ਸਮ ਤੁਸੀਂ ਖੁਦ ਟਰਾਈ ਕਰਨਾ ਹੈ ਠੀਕ ਹੈ। ਦੇਖੋ ਥਰਡ ਦਾ ਫਰਸਟ ਸਮ एक्सप्रेस इन केजी ਇਹਨੂੰ ਕਿਲੋਗ੍ਰam ਚ ਕਨਵਰਟ ਕਰਨਾ ਹੈ ਕੀ ਆਪਣੇ ਕੋਲ ਸਟੇਟਮੈਂਟ 5420 ਗ੍ਰam ਆ ਆਪਾਂ ਨੂੰ ਪਤਾ ਹੈ ਕਿ 1 ਕਿਲੋਗ੍ਰam ਚ 1000 ਗ੍ਰam ਹੁੰਦੇ ਆ 1 ਕਿਲੋਗ੍ਰam ਚ ਕਿੰਨੇ ਗ੍ਰam ਹੁੰਦੇ 1000 ਗ੍ਰam ਹੁੰਦੇ ਆ ਤੇ 1 ਗ੍ਰam ਚ ਕਿੰਨੇ ਹੋਣਗੇ 1/1000 ਕਿਲੋਗ੍ਰam ਹੋਣਗੇ ਜੇਕਰ 1 ਗ੍ਰam 1/1000 ਕੇਜੀ ਦੇ ਬਰਾਬਰ ਆ ਥੈਨ 5420 ਗ੍ਰam ਕਿੰਨੇ ਦੇ ਬਰਾਬਰ ਹੋਗਾ 5420/1000 ਠੀਕ ਹੈ ਇਹਨੂੰ ਕੀ ਕਰ ਦੇਣਾ ਡਿਵਾਈਡ ਕਰ ਦੇਣਾ ਬਸ ਕਿੰਨਾ ਆ ਜਾਏਗਾ 5.42 ਗ੍ਰਾਮ ਸੌਰੀ ਕਿਲੋਗ੍ਰਾਮ ਠੀਕ ਹੈ ਇੱਥੇ 5 ਹੈ ਬੱਚੇ ਇਹਨੂੰ ਮੈਂ ਡਿਵਾਈਡ ਹੀ ਕੀਤਾ ਤੁਸੀਂ ਡਿਵਾਈਡ ਖੁਦ ਕਰ ਲੈਣਾ ਜਿਸ ਤਰ੍ਹਾਂ ਇਹ ਸੈਕਿੰਡ ਸਮ ਹੈ ਇਹ ਤੁਸੀਂ ਖੁਦ ਟ੍ਰਾਈ चलो मैं ही करवा दिनी हाँ देखो पे तो आपको करना की आपको एक्सप्रेस इन के जी किलो से कन्वर्ट करना आपको पता है कि फिफ्टीन के जी तो हैगा ही ऑलरेडी ग्राम से के जी किलोग्राम ग्राम से टू ग्राम को करना पैना है देखो फिफ्टीन ग्राम के के जी जो एज इट ले इज़ लेना जड़ा अपने कोल टू के जी है वह सॉल्व करना टू के जी इत देखो आपस ये प्लस तो हो रहे है ना चलो ये समझ खुद ट्राई करो पहला तो फिर मैं करवा देंगी ठीक है ये सम भी खुद ट्राई करो ती ਠੀਕ ਹੈ ਅੱਜ ਲਈ ਇੰਨਾ ਕਾਫੀ ਹੈ ਕਿਉਂਕਿ ਤੁਹਾਨੂੰ ਟੈਸਟ ਵੀ ਦਿੱਤਾ ਹੈ ਠੀਕ ਹੈ ਓਕੇ ਥੈਂਕ ਯੂ ਹੈਵ ਅ ਨਾਈਸ ਡੇ ਕਿਪ ਇਟ ਅਪ ਵੈਲ ਡਨ ਥੈਂਕ ਯੂ